ਦੂਰੋਂ ਸੜਕ ਤੇ ਆਰਾਮ ਨਾਲ ਆ ਰਿਹਾ ਹੈ ਸ਼ਖਸ ਮਿੰਟਾਂ ਸਕਿੰਟਾਂ ਚ ਗੱਡੀ ਦਾ ਦਰਵਾਜ਼ਾ ਖੋਲਦਾ ਤੇ ਗੱਡੀ ਲੈ ਕੇ ਰਫੂ ਚੱਕਰ ਹੋ ਜਾਂਦਾ ਤੇ ਗੱਡੀ ਦਾ ਦਰਵਾਜ਼ਾ ਵੀ ਇਸ ਚੋਰ ਵੱਲੋਂ ਇਸ ਤਰ੍ਹਾਂ ਖੋਲਿਆ ਜਾਂਦਾ ਹੈ ਜਿਵੇਂ ਗੱਡੀ ਇਸ ਦੀ ਹੀ ਹੋਵੇ ਤੇ ਇਹ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ। ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮੋਗਾ ਅੰਮ੍ਰਿਤਸਰ ਰੋਡ ਤੋਂ ਜਿੱਥੇ ਇਹ ਗੱਡੀ ਇੱਕ ਹੋਟਲ ਦੇ ਬਾਹਰ ਖੜੀ ਸੀ ਪਰ ਜਦੋਂ ਕਾਰ ਮਾਲਕ ਆਪਣੀ ਗੱਡੀ ਨੂੰ ਆਪਣੀ ਜਗ੍ਹਾ ਤੋਂ ਗਾਇਬ ਵੇਖਦਾ ਤਾਂ ਇਸਦੀ ਸਾਰੀ ਸ਼ਿਕਾਇਤ ਪੁਲਿਸ ਨੂੰ ਕਰਦਾ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਵੀ ਕੀਤੀ ਗਈ। ਹਾਲਾਂਕਿ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਨੇ ਆਰੋਪੀ ਦੀ ਪਹਿਚਾਣ ਵੀ ਕਰ ਲਈ ਹੈ। ਇਹਨਾਂ ਜੀ ਇੱਕ ਗੁਰਜੀਤ ਸਿੰਘ ਨਾਮ ਦਾ ਆਦਮੀ ਆ, ਉਹਦੀ ਨਾ ਸਵਿਫਟ ਕਾਰ ਇਹ MP ਵਸਤੇ ਵਾਲੇ ਰੋਡ ਤੇ ਖੜੀ ਸੀ ਲੰਡੇ ਕੇ ਤੇ ਉਹ ਕਿਤੇ ਕੰਮ ਗਿਆ ਸੀ। ਜਦੋਂ ਉਹਨੇ ਵਾਪਸੀ 'ਤੇ ਆਣ ਕੇ ਦੇਖਿਆ ਤਾਂ ਉੱਥੇ ਉਹਦੀ ਕਾਰ ਹੈ ਨਹੀਂ ਸੀ ਅਤੇ ਫਿਰ ਉਹਨੇ ਆਪਣੇ ਤੌਰ 'ਤੇ ਪੜਤਾਲ ਕੀਤੀ, ਸਾਨੂੰ ਵੀ ਇਤਲਾਹ ਦਿੱਤੀ ਅਤੇ ਬਾਅਦ 'ਚ ਪਤਾ ਲੱਗ ਗਿਆ ਕਿ ਉਹਨੂੰ ਕਾਰ ਨੂੰ ਸੁਖਦੀਪ ਸੁੱਖਾ ਅਤੇ ਉਹਦਾ ਸਾਥੀ ਜਿਹੜਾ ਹਰਮਨ ਉਹ ਚੋਰੀ ਕਰਕੇ ਲੈ ਗਏ। ਜਿਸ ਸੰਬੰਧੀ ਮੁਕੱਦਮਾ ਦਰਜ ਆ ਅਸੀਂ ਤਫਤੀਸ਼ ਕਰ ਰਹੇ ਹਾਂ, CCTV ਕੈਮਰੇ ਚੈੱਕ ਕੀਤੇ ਆ, ਜਿੱਦਾਂ ਦੇ ਵੀ ਤੱਥ ਸਾਹਮਣੇ ਆਉਣਗੇ ਉੱਦਾਂ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅੱਗੇ। ਨਹੀਂ, ਦੋਸ਼ੀ ਅਜੇ ਗ੍ਰਿਫਤਾਰ ਕੋਈ ਨਹੀਂ ਹੋਇਆ ਗਾ, ਅਸੀਂ ਰੇਡ ਕਰ ਰਹੇ ਹਾਂ ਪਰ ਕੋਈ ਗ੍ਰਿਫਤਾਰ ਹੀ ਨਹੀਂ ਹੋਇਆ ਜੀ। ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਸਰ ਕਿਹੜੀ ਧਾਰਾ ਦੇ ਮਾਮਲਾ ਦਰਜ ਕੀਤਾ? ਧਾਰਾ 379 IPC ਦੇ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ। ਦੂਰੋਂ ਸੜਕ ਤੇ ਆਰਾਮ ਨਾਲ ਆ ਰਿਹਾ ਹੈ ਸ਼ਖਸ ਮਿੰਟਾਂ ਸਕਿੰਟਾਂ ਚ ਗੱਡੀ ਦਾ ਦਰਵਾਜ਼ਾ ਖੋਲਦਾ ਤੇ ਗੱਡੀ ਲੈ ਕੇ ਰਫੂ ਚੱਕਰ ਹੋ ਜਾਂਦਾ ਤੇ ਗੱਡੀ ਦਾ ਦਰਵਾਜ਼ਾ ਵੀ ਇਸ ਚੋਰ ਵੱਲੋਂ ਇਸ ਤਰ੍ਹਾਂ ਖੋਲਿਆ ਜਾਂਦਾ ਹੈ ਜਿਵੇਂ ਗੱਡੀ ਇਸ ਦੀ ਹੀ ਹੋਵੇ ਤੇ ਇਹ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ। ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮੋਗਾ ਅੰਮ੍ਰਿਤਸਰ ਰੋਡ ਤੋਂ ਜਿੱਥੇ ਇਹ ਗੱਡੀ ਇੱਕ ਹੋਟਲ ਦੇ ਬਾਹਰ ਖੜੀ ਸੀ ਪਰ ਜਦੋਂ ਕਾਰ ਮਾਲਕ ਆਪਣੀ ਗੱਡੀ ਨੂੰ ਆਪਣੀ ਜਗ੍ਹਾ ਤੋਂ ਗਾਇਬ ਵੇਖਦਾ ਤਾਂ ਇਸਦੀ ਸਾਰੀ ਸ਼ਿਕਾਇਤ ਪੁਲਿਸ ਨੂੰ ਕਰਦਾ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਵੀ ਕੀਤੀ ਗਈ। ਹਾਲਾਂਕਿ CCTV ਦੇ ਆਧਾਰ ਤੇ ਪੁਲਿਸ ਨੇ ਆਰੋਪੀ ਦੀ ਪਹਿਚਾਣ ਵੀ ਕਰ ਲਈ ਹੈ। ਇਹਨਾਂ ਜੀ ਇੱਕ ਗੁਰਜੀਤ ਸਿੰਘ ਨਾਮ ਦਾ ਆਦਮੀ ਆ, ਉਹਦੀ ਨਾ ਸਵਿਫਟ ਕਾਰ ਇਹ MP ਵਸਤੇ ਵਾਲੇ ਰੋਡ ਤੇ ਖੜੀ ਸੀ ਲੰਡੇ ਕੇ ਅਤੇ ਉਹ ਕਿਤੇ ਕੰਮ ਗਿਆ ਸੀ। ਜਦੋਂ ਉਹਨੇ ਵਾਪਸੀ 'ਤੇ ਆਣ ਕੇ ਦੇਖਿਆ ਤਾਂ ਉੱਥੇ ਉਹਦੀ ਕਾਰ ਹੈ ਨਹੀਂ ਸੀ ਅਤੇ ਫਿਰ ਉਹਨੇ ਆਪਣੇ ਤੌਰ 'ਤੇ ਪੜਤਾਲ ਕੀਤੀ, ਸਾਨੂੰ ਵੀ ਇਤਲਾਹ ਦਿੱਤੀ ਅਤੇ ਬਾਅਦ 'ਚ ਪਤਾ ਲੱਗ ਗਿਆ ਕਿ ਉਹਨੂੰ ਕਾਰ ਨੂੰ ਸੁਖਦੀਪ ਸੁੱਖਾ ਅਤੇ ਉਹਦਾ ਸਾਥੀ ਜਿਹੜਾ ਹਰਮਨ ਉਹ ਚੋਰੀ ਕਰਕੇ ਲੈ ਗਏ। ਜਿਸ ਸੰਬੰਧੀ ਮੁਕੱਦਮਾ ਦਰਜ ਆ ਅਸੀਂ ਤਫਤੀਸ਼ ਕਰ ਰਹੇ ਹਾਂ, CCTV ਕੈਮਰੇ ਚੈੱਕ ਕੀਤੇ ਆ, ਜਿੱਦਾਂ ਦੇ ਵੀ ਤੱਥ ਸਾਹਮਣੇ ਆਉਣਗੇ ਉੱਦਾਂ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅੱਗੇ। ਨਹੀਂ, ਦੋਸ਼ੀ ਅਜੇ ਗ੍ਰਿਫਤਾਰ ਕੋਈ ਨਹੀਂ ਹੋਇਆ ਗਾ, ਅਸੀਂ ਰੇਡ ਕਰ ਰਹੇ ਹਾਂ ਪਰ ਕੋਈ ਗ੍ਰਿਫਤਾਰ ਹੀ ਨਹੀਂ ਹੋਇਆ ਜੀ। ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਸਰ ਕਿਹੜੀ ਧਾਰਾ ਦੇ ਮਾਮਲਾ ਦਰਜ ਕੀਤਾ? ਧਾਰਾ 379 IPC ਦੇ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ। ਦੂਰੋਂ ਸੜਕ ਤੇ ਆਰਾਮ ਨਾਲ ਆ ਰਿਹਾ ਹੈ ਸ਼ਖਸ ਮਿੰਟਾਂ ਸਕਿੰਟਾਂ ਚ ਗੱਡੀ ਦਾ ਦਰਵਾਜ਼ਾ ਖੋਲਦਾ ਤੇ ਗੱਡੀ ਲੈ ਕੇ ਰਫੂ ਚੱਕਰ ਹੋ ਜਾਂਦਾ ਤੇ ਗੱਡੀ ਦਾ ਦਰਵਾਜ਼ਾ ਵੀ ਇਸ ਚੋਰ ਵੱਲੋਂ ਇਸ ਤਰ੍ਹਾਂ ਖੋਲਿਆ ਜਾਂਦਾ ਹੈ ਜਿਵੇਂ ਗੱਡੀ ਇਸ ਦੀ ਹੀ ਹੋਵੇ ਤੇ ਇਹ ਚੋਰੀ ਦੀ ਸਾਰੀ ਘਟਨਾ CCTV ਚ ਕੈਦ ਹੋ ਗਈ। ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮੋਗਾ ਅੰਮ੍ਰਿਤਸਰ ਰੋਡ ਤੋਂ ਜਿੱਥੇ ਇਹ ਗੱਡੀ ਇੱਕ ਹੋਟਲ ਦੇ ਬਾਹਰ ਖੜੀ ਸੀ ਪਰ ਜਦੋਂ ਕਾਰ ਮਾਲਕ ਆਪਣੀ ਗੱਡੀ ਨੂੰ ਆਪਣੀ ਜਗ੍ਹਾ ਤੋਂ ਗਾਇਬ ਵੇਖਦਾ ਤਾਂ ਇਸਦੀ ਸਾਰੀ ਸ਼ਿਕਾਇਤ ਪੁਲਿਸ ਨੂੰ ਕਰਦਾ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਵੀ ਕੀਤੀ ਗਈ। ਹਾਲਾਂਕਿ CCTV ਦੇ ਆਧਾਰ ਤੇ ਪੁਲਿਸ ਨੇ ਆਰੋਪੀ ਦੀ ਪਹਿਚਾਣ ਵੀ ਕਰ ਲਈ ਹੈ। ਇਹਨਾਂ ਜੀ ਇੱਕ ਗੁਰਜੀਤ ਸਿੰਘ ਨਾਮ ਦਾ ਆਦਮੀ ਆ, ਉਹਦੀ ਨਾ ਸਵਿਫਟ ਕਾਰ ਇਹ MP ਵਸਤੇ ਵਾਲੇ ਰੋਡ ਤੇ ਖੜੀ ਸੀ ਲੰਡੇ ਕੇ ਅਤੇ ਉਹ ਕਿਤੇ ਕੰਮ ਗਿਆ ਸੀ। ਜਦੋਂ ਉਹਨੇ ਵਾਪਸੀ 'ਤੇ ਆਣ ਕੇ ਦੇਖਿਆ ਤਾਂ ਉੱਥੇ ਉਹਦੀ ਕਾਰ ਹੈ ਨਹੀਂ ਸੀ ਅਤੇ ਫਿਰ ਉਹਨੇ ਆਪਣੇ ਤੌਰ 'ਤੇ ਪੜਤਾਲ ਕੀਤੀ, ਸਾਨੂੰ ਵੀ ਇਤਲਾਹ ਦਿੱਤੀ ਅਤੇ ਬਾਅਦ 'ਚ ਪਤਾ ਲੱਗ ਗਿਆ ਕਿ ਉਹਨੂੰ ਕਾਰ ਨੂੰ ਸੁਖਦੀਪ ਸੁੱਖਾ ਅਤੇ ਉਹਦਾ ਸਾਥੀ ਜਿਹੜਾ ਹਰਮਨ ਉਹ ਚੋਰੀ ਕਰਕੇ ਲੈ ਗਏ।
ਜਿਸ ਸੰਬੰਧੀ ਮੁਕੱਦਮਾ ਦਰਜ ਆ ਅਸੀਂ ਤਫਤੀਸ਼ ਕਰ ਰਹੇ ਹਾਂ, ਸੀਸੀਟੀਵੀ ਕੈਮਰੇ ਚੈੱਕ ਕੀਤੇ ਆ, ਜਿੱਦਾਂ ਦੇ ਵੀ ਤੱਥ ਸਾਹਮਣੇ ਆਉਣਗੇ ਉੱਦਾਂ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅੱਗੇ। ਨਹੀਂ, ਦੋਸ਼ੀ ਅਜੇ ਗ੍ਰਿਫਤਾਰ ਕੋਈ ਨਹੀਂ ਹੋਇਆ ਗਾ, ਅਸੀਂ ਰੇਡ ਕਰ ਰਹੇ ਹਾਂ ਪਰ ਕੋਈ ਗ੍ਰਿਫਤਾਰ ਹੀ ਨਹੀਂ ਹੋਇਆ ਜੀ, ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਸਰ ਕਿਹੜੀ ਧਾਰਾ ਦੀ ਮਾਮਲਾ ਦਰਜ ਕੀਤਾ? ਧਾਰਾ 379 IPC ਦੇ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ।